ਹੁਣ ਮਹਿਲਾ ਕਾਂਗਰਸ ਦੀ ਸਾਬਕਾ ਸੂਬਾ ਪ੍ਰਧਾਨ ਨੇ ਦਿਖਾਏ ਬਗਾਵਤੀ ਸੁਰ। ਆਲਮਿਕ ਸਮਾਜ ਦੀ ਸੰਸਥਾ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਕਿੱਟੂ ਗਰੇਵਾਲ, ਜੋ ਕਿ ਮਹਿਲਾ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਨੇ ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਵਾਲਮਿਕ ਸਮਾਜ ਨੇ ਕਾਂਗਰਸ ਹਾਈਕਮਾਂਡ ਤੋਂ 2 ਸੀਟਾਂ ਦੀ ਮੰਗ ਕੀਤੀ ਸੀ, ਪਰੰਤੂ ਹਾਈਕਮਾਂਡ ਵੱਲੋਂ 1 ਵੀ ਸੀਟ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਪਾਰਟੀ ਹਾਈਕਮਾਂਡ ਨੇ 20 ਅਪ੍ਰੈਲ ਤੱਕ ਇਸ ਉੱਪਰ ਮੁੜ ਵਿਚਾਰ ਨਾ ਕੀਤਾ ਤਾਂ ਉਹ ਆਪਣੀ ਸੰਸਥਾ ਨਾਲ ਵਿਚਾਰ ਕਰਕੇ ਦੱਸਣਗੇ ਕਿ ਉਹ ਕਾਂਗਰਸ ਨਾਲ ਹਨ ਜਾਂ ਨਹੀਂ। ਵਾਲਮੀਕਿ ਮਜ਼੍ਹਬੀ ਸਿੱਖ ਪੰਜਾਬ ਸਟੇਟ ਸੁਸਾਇਟੀ ਰਜਿਸਟਰਡ ਬੋਡੀ। ਦੇਖੋ, ਜੋ ਹਾਈਕਮਾਂਡ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਕਿ 2 ਸੀਟਾਂ ਤੁਹਾਨੂੰ ਦਿੱਤੀਆਂ ਜਾਣਗੀਆਂ, ਉਹਨਾਂ ਨੇ 2 ਤਾਂ ਕੀ 1 ਵੀ ਨਹੀਂ ਦਿੱਤੀ। ਅਗਰ ਉਹ ਕਹਿੰਦੇ ਨੇ ਕਿ ਇਹਨਾਂ ਦੀ ਪਰਸੈਂਟੇਜ 0 ਹੈ, ਤਾਂ ਫਿਰ ਲੈਟ ਇਟ ਬੀ 0। 0 ਤਾਂ ਹੈਜ਼ ਨੋ ਵੈਲਿਊ। 0 ਦੇ ਨਾਲ ਕੋਈ 10 ਜੁੜੇਗਾ ਤਾਂ 100 ਬਣਾਂਗੇ। ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਆਪਣੀਆਂ ਸੀਟਾਂ ਦੇ ਨਾਲ ਹੈਗਾ, ਸਾਡੀਆਂ ਸੀਟਾਂ ਦੇ ਦਿੰਦੇ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹਨੂੰ ਮਰਜ਼ੀ ਦੇਣ, ਅਸੀਂ ਡਿਮਾਂਡ ਕੀਤੀ ਹੈ। ਮੈਂ ਤੁਹਾਨੂੰ ਫਿਰ ਕਹਿੰਦੀ, ਵੀ ਆਰ ਨੋਟ ਚੂਜ਼ਰ, ਵੀ ਆਰ ਬੈਗਰਸ ਓਨਲੀ। ਨੂੰ ਆਸ਼ਾ ਕੁਮਾਰੀ ਮਿਲੇ, ਲੇਕਿਨ ਉਹਨਾਂ ਨੇ ਸਾਨੂੰ ਟਾਈਮ ਨਹੀਂ ਦਿੱਤਾ ਸੀ। ਟਾਈਮ ਬੜੀ ਦੇਰ ਤੋਂ ਮੰਗ ਰਹੇ ਸੀ। ਜਾਖੜ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਸੀ, ਉਹਨਾਂ ਦੇ ਰੈਜੀਡੈਂਸ ਤੋਂ ਉਹਨਾਂ ਨੂੰ ਮਿਲੇ। ਜਾਖੜ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਜ਼ਰੂਰ ਮਿਲੇਗੀ, ਟਿਕਟਸ ਦੇਵਾਂਗੇ ਅਸੀਂ ਸਾਡੀ ਕਮਿਊਨਿਟੀ ਨੂੰ। ਲੇਕਿਨ ਮੈਨੂੰ ਨਹੀਂ ਪਤਾ ਇੱਥੇ ਵਨ ਮੈਨ ਸ਼ੋਅ ਹੈ ਜਾਂ ਕੌਣ ਹੈ ਜਾਂ ਹੂ ਇਜ਼ ਦਾ ਮੇਨ ਕਲਪ੍ਰੀਟ ਬਿਹਾਈਂਡ ਆਲ ਦੀ ਟਿਕਟ ਡਿਸਟ੍ਰੀਬਿਊਸ਼ਨ। ਸਾਨੂੰ ਨਹੀਂ ਟਿਕਟ ਦਿੱਤੀ। ਬਿਊਰੋਕਰੇਟਸ ਨਾਲ ਘਿਰੀ ਹੋਈ ਜੀ ਕਾਂਗਰਸ ਪਾਰਟੀ, ਸਾਡੇ ਗਰੀਬਾਂ ਦਾ ਕੁਛ ਨਹੀਂ ਪੁੱਛ ਗਿੱਛ। ਸਾਨੂੰ ਦੁਆਬੇ ਵਿੱਚੋਂ ਪਿਛਲੀ ਵਾਰ, ਤੁਸੀਂ ਕੀ ਸੋਚਦੇ ਦੁਆਬਾ ਵਿੱਚ ਵਾਲਮੀਕਿ ਕਮਿਊਨਿਟੀ ਨਹੀਂ ਹੈ ਕਿਆ? ਸ਼ਾਹਕੋਟ ਮਲਸੀਆਂ ਭਰਿਆ, ਹੁਸ਼ਿਆਰਪੁਰ ਭਰਿਆ ਹੋਇਆ, ਨਕੋਦਰ ਭਰਿਆ ਹੋਇਆ, ਸਾਨੂੰ ਕਿਉਂ ਨਹੀਂ ਟਿਕਟ ਦਿੱਤੀ? ਅਸੀਂ ਉਦੋਂ ਵਿੱਚ ਉੱਪਰ ਇਸ ਕਰਕੇ, ਚਲ ਕੋਈ ਨਹੀਂ, ਚਲ ਕੋਈ ਨਹੀਂ, ਪਾਰਟੀ ਨੂੰ ਮਜੋ ਆਏਗੀ ਪਾਵਰ 'ਚ, ਸਾਨੂੰ ਕਿਤੇ ਨਾ ਕਿਤੇ ਐਡਜਸਟ ਕਰਨਗੇ। ਅਤੇ 2.5 ਸਾਲ ਹੋ ਗਏ, ਸਾਨੂੰ ਕਿਸੇ ਨੂੰ ਐਡਜਸਟ ਨਹੀਂ ਕੀਤਾ। ਅਸੀਂ ਡਿਮਾਂਡ ਕੀਤੀ ਸਾਰੀ ਸੰਸਥਾ ਨੇ, ਅਤੇ ਰਾਜ ਕੁਮਾਰ ਵੇਰਕੇ ਨੂੰ ਇੱਕ ਚੇਅਰਮੈਨ ਨਹੀਂ ਦੇ ਦਿੱਤੀ, ਸਾਡਾ ਮੂੰਹ ਪੋਚ ਦਿੱਤਾ। ਕੈਬਨਿਟ ਮਿਨਿਸਟਰ ਤਾਂ ਕਿਸੇ ਨੂੰ ਲਿਆ ਹੀ ਨਹੀਂ। ਪਰਟੀਕੁਲਰਲੀ ਵੀ ਡਿਮਾਂਡ 2 ਸੀਟਸ ਫਰੋਮ ਰਿਜ਼ਰਵ ਕੈਟਾਗਰੀਜ਼, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ ਐਂਡ ਜਲੰਧਰ। ਸਾਨੂੰ ਚੋਂ ਵਿੱਚੋਂ ਕੋਈ ਵੀ ਨਹੀਂ ਦਿੱਤੀ। ਮੈਂ ਜਲੰਧਰ ਹੁਸ਼ਿਆਰਪੁਰ ਤੋਂ ਭਰੀ ਸੀ। ਦੇਖੋ, ਹਾਈਕਮਾਂਡ ਦਾ ਇਹ ਹੈ ਕਿ ਸੀਨੀਅਰ ਸੀਗੇ, ਇਹਨਾਂ ਨੇ ਕਾਫੀ ਕੁਛ ਦੇਖਿਆ। PCC ਪ੍ਰੈਜ਼ੀਡੈਂਟ ਵੀ ਰਹੇ ਨੇ, MP ਵੀ ਰਹੇ ਨੇ, ਸਿਟਿੰਗ MLA ਵੀ ਰਹੇ ਨੇ। ਉਹਨਾਂ ਦਾ 4 ਵਾਰੀ ਹਾਰੇ, ਜਿਸ ਤਰ੍ਹਾਂ ਕਿ ਸਭ ਦੁਨੀਆ ਕਹਿੰਦੀ ਹੈ, ਅਤੇ ਚਲੋ ਉਹਨਾਂ ਦਾ ਹੋ ਸਕਦਾ ਡਰੋਬੈਕ ਹੋਏ, ਨਹੀਂ ਦਿੱਤੀ ਕਿਤੇ। ਸੰਤੋਖ ਸਿੰਘ ਨੇ ਚੌਧਰੀ ਨੂੰ ਦਿੱਤੀ, ਉਹਨਾਂ ਨੂੰ ਨਵਾਜਣਾ ਚਾਹੀਦਾ ਸੀਗਾ। ਹੈ ਤਾਂ ਜਲੰਧਰ ਦਿਓ ਵੀ, ਅਸੀਂ ਵੀ ਤਾਂ ਉਹਨਾਂ ਨੂੰ ਐਕਸੈਪਟ ਕੀਤਾ ਸੀ। ਲੇਕਿਨ ਸਾਨੂੰ ਇਹ ਉਮੀਦ ਸੀ ਕਿ ਸਾਨੂੰ ਅਦਰ 2 ਸੀਟਸ ਦੇ ਦੇਣਗੇ, ਜਿੱਥੋਂ ਸਾਡੀ ਕਮਿਊਨਿਟੀ ਦੀ ਮੈਜੋਰਟੀ ਵੋਟ ਬੈਂਕ ਹੈ। ਲੇਕਿਨ ਸਾਨੂੰ ਉੱਥੇ ਵੀ ਇਗਨੋਰ ਕੀਤਾ ਗਿਆ। ਦੇਖੋ, ਚਾਹ ਉਹ ਸਿਟਿੰਗ MLA ਰਹੇ, PCC ਪ੍ਰੈਜ਼ੀਡੈਂਟ ਰਹੇ, ਉਹ ਕਿੰਨਾ ਜ਼ਿਆਦਾ ਉਹਨਾਂ ਨੂੰ ਪੇਨ ਹੈ। ਸਾਨੂੰ ਅੱਜ ਦਾ ਕੁਛ ਵੀ ਨਹੀਂ ਦਿੱਤਾ, ਅਸੀਂ ਫਿਰ ਵੀ ਕਾਂਗਰਸ ਪਾਰਟੀ ਦੇ ਨਾਲ ਸੀ। ਸਾਨੂੰ ਦੁਆਬੇ 'ਚ 1 ਸੀਟ ਵੀ ਨਹੀਂ ਦਿੱਤੀ, ਈਵਨ ਦੈਨ ਵੀ ਸਪੋਰਟ। ਲੇਕਿਨ ਅਸੀਂ ਹੁਣ ਨਾਰਾਜ਼ ਹਾਂ। ਸੋ ਅਸੀਂ ਇੱਕ ਘੰਟਾ ਪਹਿਲਾਂ ਮੀਟਿੰਗ ਕੀਤੀ ਹੈ ਕਰਤਾਰਪੁਰ 'ਚ, ਐਮਰਜੈਂਸੀ ਇੱਥੇ ਕੀਤੀ ਹੈ। ਸਾਡੇ ਕੁਛ ਕੁ ਸਾਥੀ ਨਹੀਂ ਆਏ, ਕੁਛ ਪ੍ਰੋਗਰਾਮ ਸੀ। ਕੱਲ੍ਹ ਸਾਡੀ ਵਾਲਮੀਕਿ ਆਸ਼ਰਮ ਰਾਮਤੀਰਥ ਅੰਮ੍ਰਿਤਸਰ, ਪਰਸੋਂ ਹੁਸ਼ਿਆਰਪੁਰ, ਸੰਗਰੂਰ, ਬਠਿੰਡਾ, ਸਾਰੇ ਐਵਰੀਵੇਅਰ। ਉਹ ਕਾਰਵਾਈ ਅਸੀਂ ਦੇਖਾਂਗੇ। 2 ਸੀਟਾਂ 'ਤੇ ਹਾਈਕਮਾਂਡ ਨੂੰ ਸਾਡੀ ਬੇਨਤੀ ਸੁਣਨੀ ਚਾਹੀਦੀ, ਵਿਚਾਰਨਾ ਚਾਹੀਦਾ। ਸਾਡੇ ਜਿੱਥੇ ਡਿਜ਼ਰਵਿੰਗ ਅਸੀਂ ਬਣਦੇ ਹਾਂ, ਸਾਨੂੰ ਦੇਣੀ ਚਾਹੀਦੀ ਸੀਟ। ਅਗਰ ਨਹੀਂ, ਕਿਤੇ ਵੀ ਨਹੀਂ ਸਾਡੀ ਸੁਣਵਾਈ ਹੋਏਗੀ, ਤਾਂ ਅਸੀਂ 20 ਤਰੀਕ ਤੋਂ ਬਾਅਦ ਆਪਣੀ ਸੰਸਥਾ ਦੇ ਨਾਲ ਜੋ ਸਲਾਹ ਮਸ਼ਵਰਾ ਹੋਏਗਾ ਤੁਹਾਡੇ ਸਾਹਮਣੇ ਆ ਜਾਏਗਾ, ਅਸੀਂ ਦੁਬਾਰਾ ਇੱਥੇ ਫਿਰ ਕਾਨਫਰੰਸ ਕਰਾਂਗੇ। ਪਾਰਟੀ ਨੋ ਪਾਰਟੀ, ਅਦਰ ਪਾਰਟੀ ਨੋ ਪਾਰਟੀ, ਪਲੀਜ਼। ਅਸੀਂ ਕਾਂਗਰਸ ਨੂੰ ਨਫ਼ਰਤ ਨਹੀਂ ਕਰਦੇ, ਅਸੀਂ ਕਾਂਗਰਸ ਨਾਲ ਨਾਰਾਜ਼ ਹਾਂ। 20 ਤਰੀਕ ਤੱਕ ਅਗਰ ਕਾਂਗਰਸ ਸਾਡੀ ਨਾਰਾਜ਼ਗੀ ਨਹੀਂ ਦੂਰ ਕਰਦੀ, ਫਿਰ ਦੇਖੇਂਗੇ, ਸੰਸਥਾ ਕੇ ਸਾਥ ਬਾਤ ਕਰੇਂਗੇ, ਸਲਾਹ ਮਸ਼ਵਰਾ ਕਰੇਂਗੇ, ਦੈਨ ਵੀ ਵਿਲ ਲੈਟ ਯੂ ਨੋ, ਆਪਕੋ ਬਤਾਏਂਗੇ। ਦਿਆ ਕਿਸਕੋ ਭੇਜਾ ਆਪਨੇ? ਰਾਹੁਲ ਜੀ ਕੋ, ਕਿਉਂਕਿ ਇੱਥੇ ਸਾਨੂੰ ਕੋਈ ਪੁੱਛਦਾ ਨਹੀਂ, ਇੱਥੇ ਵਨ ਮੈਨ ਸ਼ੋਅ ਹੈ, ਆਪਾਂ ਨਹੀਂ ਪੁੱਛ ਸਕਦੇ ਉੱਥੋਂ ਤੱਕ। ਕੀ ਵੀ ਦੇ ਦੇਂਗੇ 20 ਕੇ ਬਾਅਦ।